देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। किसान मजदूर संघर्ष कमेटी पंजाब का सूबा जनरल सकत्तर सरमन सिंह बधेर बोलदा जी। आह साडा सिंघू किंडली बार्डर है जिहड़ा दिल्ली के अंदर साडा मोर्चा जा रही है। इस तरह पूरी दिल्ली के चार चबरे देश दीआं सारीआं जथेबंदियां दे मोर्चे चल रहे आ। प्रधानमंत्री जी लगातार देश नूं गुमराह कर रहे आ। उन्हां दा जरूरी वस्तां 2020 दा कानून जिहड़ा पूंजीपतियां नूं किसानां कोले कौडियां दे भाव फसल लै के खेती वस्तु लै के भंडारण करन तों बाद जिहड़े आम लोक आ उन्हां नूं उच्चे मुल ते वेचण दा हक दिंदा वा जिहनूं उह ठीक कह रहे आ। इहदों गां किसानी उत्पाद वणज वपार 2020 जिहड़ा कानून आ उह जिहड़े सूबियां दे APMC एक्ट आ उन्हां दीआं सारीआं शक्तियां खत्म कर दिंदा वा ते प्राइवेट मंडी दा कंसैप्ट पैदा करदा वा, उह पूंजीवाद दे हक च भुगतदा वा। इहदों गां जिहड़ा कीमतां ते गरंटी फार्म सेवावां दा एक्ट 2020 आ ਉਹ ਕਿਸਾਨਾਂ ਅਤੇ ਕੰਪਨੀ ਦੇ ਸਮਝੌਤੇ ਦੀ ਗੱਲ ਕਰਦਾ, 2 ਤੋਂ 5 ਸਾਲ ਦੀ ਗੱਲ ਕਹੀ ਗਈ ਆ। ਇਹਦੋਂ ਗਾਹਾਂ ਕਿਸਾਨ ਅਤੇ ਕੰਪਨੀ ਆਪਦੀ ਮਰਜ਼ੀ ਦੇ ਨਾਲ 50 ਸਾਲ ਦਾ ਸਮਝੌਤਾ ਵੀ ਕਰ ਸਕਦੀ ਆ। ਉਹਦੇ ਵਿੱਚ ਇਹ ਵੀ ਤੈਅ ਆ ਵੀ ਕਿਸਾਨ ਨੂੰ ਕੰਪਨੀ ਖਾਦ, ਖੇਤੀ ਜ਼ਹਿਰ, ਖੇਤੀ ਤਕਨੀਕ, ਖੇਤੀ ਮਸ਼ੀਨਰੀ ਅਤੇ ਇੱਥੋਂ ਤੱਕ ਵੀ ਪੈਸੇ ਵੀ ਦਊਗੀ। ਸੋ ਕਿਸਾਨ ਪਹਿਲੋਂ ਕਰਜ਼ਾਈ ਆ ਅਤੇ ਉਹ ਕਰਜ਼ੇ ਦੇ ਜਾਲ ਵਿੱਚ ਫਸੂਗਾ ਲਗਾਤਾਰ। ਕੱਲ੍ਹ ਨੂੰ ਕੰਪਨੀ ਕਹੂਗੀ ਵੀ ਮੈਨੂੰ ਪੈਸੇ ਦੇ ਅਤੇ ਤੂੰ ਮੇਰੇ ਨਾਲ ਸਮਝੌਤਾ ਵਾਪਸ ਕਰ ਲਾ, ਪੈਸੇ ਤਾਂ ਹੈ ਨਹੀਂ ਕਰਜ਼ਾ ਵਾ। ਉਹ ਪੈਸੇ ਦੇ ਬਦਲੇ ਜ਼ਮੀਨ ਜਾਊਗੀ, ਜਿਵੇਂ ਪ੍ਰਾਈਵੇਟ ਬਾਣੀਏ ਪਹਿਲੋਂ ਕਿਸਾਨਾਂ ਦੀਆਂ ਕਰਜ਼ੇ 'ਚ ਜ਼ਮੀਨਾਂ ਲੈ ਕੇ ਜਾ ਰਹੇ ਆ। ਇਹ ਗੱਲਾਂ ਨੂੰ ਪ੍ਰਧਾਨ ਮੰਤਰੀ ਜੀ ਆਪਦੀ ਪ੍ਰਾਪਤੀ ਦੱਸ ਰਹੇ ਨੇ ਅਤੇ ਪੂੰਜੀਪਤੀਆਂ ਦੇ ਹੱਕ 'ਚ ਖੜ੍ਹੇ ਨਜ਼ਰ ਆ ਰਹੇ ਨੇ। ਸੋ ਜਦੋਂ ਪ੍ਰਧਾਨ ਮੰਤਰੀ ਜੀ ਨੇ ਪੂੰਜੀਪਤੀਆਂ ਦੇ ਹੱਕ 'ਚ ਭੁਗਤਣ ਦਾ ਫੈਸਲਾ ਕਰ ਲਿਆ ਅਤੇ ਅੰਨਦਾਤੇ ਨੂੰ ਉਜਾੜਨ ਦਾ ਫੈਸਲਾ ਕਰ ਲਿਆ, ਮੈਨੂੰ ਲੱਗਦਾ ਪੂਰਾ ਦੇਸ਼ ਇਹਨਾਂ ਖੇਤੀ ਦੇ ਕਾਨੂੰਨਾਂ ਦੀ ਸੱਚਾਈ ਜਾਣਦਾ ਵਾ ਅਤੇ ਉਹ ਜ਼ਿਆਦਾ ਦੇਰ ਤੱਕ ਦੇਸ਼ ਨੂੰ ਗੁੰਮਰਾਹ ਨਹੀਂ ਕਰ ਸਕਦੇ। ਕਿਉਂਕਿ ਖੇਤੀ ਦੇ ਕਾਨੂੰਨ ਕਿਸਾਨਾਂ ਨੂੰ ਖੇਤੀ ਸੈਕਟਰ ਤੋਂ ਬਾਹਰ ਕਰ ਲੈਣੇ ਨੇ। ਇਹ ਗੱਲਾਂ ਉਹਨਾਂ ਕਾਨੂੰਨਾਂ ਵਿੱਚ ਲਿਖੀਆਂ ਹੋਈਆਂ ਨੇ। ਸੋ ਜਿੰਨਾ ਵੱਡਾ ਦੇਸ਼ ਦੇ ਨਾਲ ਝੂਠ ਬੋਲ ਰਹੇ ਨੇ ਪ੍ਰਧਾਨ ਮੰਤਰੀ, ਸ਼ਾਇਦ ਉਹਨਾਂ ਵੱਡਾ ਹੋਰ ਕਿਸੇ ਪ੍ਰਧਾਨ ਮੰਤਰੀ ਦੇ ਹਿੱਸੇ ਆਇਆ ਹੋਵੇ। ਸੋ ਸਾਡੇ ਮੁਤਾਬਕ ਸਾਰੀਆਂ ਵਿਰੋਧੀ ਧਿਰਾਂ ਦੀਆਂ ਨੀਤੀਆਂ ਇਹਨਾਂ ਕਾਨੂੰਨਾਂ ਬਾਰੇ ਇੱਕ ਹੀ ਸਮਾਨ ਨੇ। ਇਹਦੇ ਨਾਲ ਸਾਡਾ 25 ਨੂੰ ਪੰਜਾਬ ਦੇ ਵਿੱਚੋਂ ਬਹੁਤ ਵੱਡਾ ਜਥਾ ਖਾਸ ਕਰਕੇ ਗੁਰਦਾਸਪੁਰ ਦੇ ਵਿੱਚੋਂ ਦਿੱਲੀ ਵੱਲ ਨੂੰ ਕੂਚ ਕਰੂਗਾ। 20 ਤਰੀਕ ਨੂੰ ਸ਼ਹੀਦ ਪਰਿਵਾਰਾਂ ਦੀ ਯਾਦ ਵਿੱਚ ਪਿੰਡ ਪਿੰਡ ਸਮਾਗਮ ਕਰਾਏ ਜਾਣਗੇ ਅਤੇ ਲਗਾਤਾਰ ਰੇਲ ਰੋਕੋ ਮੋਰਚਾ ਵੀ ਜਾਰੀ ਆ ਅਤੇ ਦਿੱਲੀ ਦੇ ਵਿੱਚ ਵੀ ਮੋਰਚਾ ਜਾਰੀ ਆ। ਹਾਲੇ ਭਰਾਓ ਇਹ ਅੰਦੋਲਨ ਲੰਮਾ ਚੱਲਣਾ ਵਾ, ਹਾਲੇ ਭਾਰਤ ਸਰਕਾਰ ਇਸ ਅੰਦੋਲਨ ਨੂੰ ਬਦਨਾਮ ਕਰ ਲਈ ਪੂਰਾ ਜ਼ੋਰ ਲਾ ਰਹੀ ਆ। ਅਸੀਂ ਜੇ ਕਾਰਪੋਰੇਟ ਘਰਾਣਿਆਂ ਦੇ ਖਿਲਾਫ਼ ਉਹਨਾਂ ਦੀਆਂ ਵਸਤੂਆਂ ਦਾ ਜਿੰਨਾ ਬਾਈਕਾਟ ਕਰ ਲਾਂਗੇ, ਜਿੰਨਾ ਉਹਨਾਂ ਦਾ ਵਿਰੋਧ ਕਰ ਲਾਂਗੇ, ਜੇ ਕਾਰਪੋਰੇਟ ਘਰਾਣੇ ਅਤੇ ਉਹਨਾਂ ਵਿੱਚੋਂ ਅੰਬਾਨੀ ਅਡਾਨੀ ਅਸੀਂ ਢਾਉਣ 'ਚ ਕਾਮਯਾਬ ਹੋ ਗਏ ਤਾਂ ਅਸੀਂ ਇਸ ਮੋਰਚੇ 'ਚੋਂ ਜਿੱਤ ਕੇ ਜਾਵਾਂਗੇ। ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓਪਨ ਚੈਲੇਂਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚ ਅਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94648, 84374 94648।